ਖੇੜੀ ਵਾਲੇ ਬਾਬੇ ਤੇ ਹੋਏ ਹਮਲੇ ਦੀ ਇਹ ਸੀਸੀਟੀਵੀ ਹੈ ਜਿਸ ਨੇ ਸਭ ਕੁਝ ਸਾਫ ਕਰ ਦਿੱਤਾ। ਕਿਸ ਤਰੀਕੇ ਦੇ ਨਾਲ ਖੇੜੀ ਵਾਲੇ ਬਾਬੇ ਦੇ ਵਿੱਚ ਲਿਆ ਕੇ ਕਾਰ ਮਾਰੀ ਗਈ ਔਰ ਉੱਤੇ ਨੂੰ ਉੱਛਲ ਕੇ ਖੇੜੀ ਵਾਲੇ ਬਾਬੇ ਨੇ ਆਪਣੀ ਜਾਨ ਬਚਾਈ ਹੈ। ਦਰਅਸਲ ਸਹੁਰਿਆਂ ਦੇ ਨਾਲ ਬਾਬਾ ਗੁਰਵਿੰਦਰ ਸਿੰਘ ਦਾ ਪੰਗਾ ਪੈ ਗਿਆ ਔਰ ਸਹੁਰਿਆਂ ਨੇ ਬਾਬਾ ਖੇੜੀ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਔਰ ਉਸ ਤੇ ਗੱਡੀ ਚਾੜ ਦਿੱਤੀ ਔਰ ਉਹਨਾਂ ਦਾ ਬਚਾ ਰਿਹਾ ਉਹਨਾਂ ਨੇ ਹਵਾ ਦੇ ਵਿੱਚ ਉੱਛਲ ਕੇ ਆਪਣੀ ਜਾਨ ਬਚਾ ਲਈ। ਜੇਕਰ ਸੀਸੀਟੀਵੀ ਨਾ ਹੁੰਦਾ ਤਾਂ ਸ਼ਾਇਦ ਕਿਸੇ ਨੇ ਯਕੀਨ ਨਹੀਂ ਕਰਨਾ ਸੀ। ਕਾਰ ਦੇ ਵਿੱਚ ਖੇੜੀ ਵਾਲੇ ਬਾਬਾ ਦੀ ਸੱਸ ਤੇ ਸਾਲਾ ਸੀ ਜਿਨ੍ਹਾਂ ਦੇ ਵੱਲੋਂ ਸਿੱਧੀ ਲਿਆ ਕੇ ਕਾਰ ਠੋਕੀ ਗਈ ਔਰ ਉਸਨੇ ਉੱਪਰ ਨੂੰ ਉੱਛਲ ਕੇ ਆਪਣੀ ਜਾਨ ਬਚਾਈ ਹੈ ਤਾਂ ਪੁਲਿਸ ਦੇ ਵੱਲੋਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਇਸ ਮਾਮਲੇ ਦੇ ਵਿੱਚ ਕ੍ਰੋਸ ਪਰਚਾ ਦਰਜ ਕੀਤਾ ਗਿਆ ਸੀ ਤਾਂ ਖੇੜੀ ਵਾਲੇ ਬਾਬਿਆਂ ਦੇ ਬਿਆਨਾਂ ਤੋਂ ਬਾਅਦ ਰਮਨਜੋਤ ਸਿੰਘ ਵਾਸੀ ਫਤਿਹਗੜ੍ਹ ਸਾਹਿਬ, ਸਤਵੀਰ ਸਿੰਘ ਚਨਾਰਥਲ ਅਤੇ ਜਸਪਾਲ ਸਿੰਘ ਰਜਿੰਦਰਗੜ੍ਹ ਅਤੇ ਹੋਰ ਅਣਪਛਾਤਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਸਤਵੀਰ ਸਿੰਘ ਅਤੇ ਜਸਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਜਾਰੀ ਹੈ। ਤਾਂ ਖੇੜੀ ਵਾਲੇ ਬਾਬਾ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਉਸਦੀ ਸੱਸ ਦੇ ਵੱਲੋਂ ਘਰ ਨਹੀਂ ਵਸਣ ਦਿੱਤਾ ਜਾ ਰਿਹਾ, ਉਸਦੀ ਪਤਨੀ ਨੂੰ ਅਗਵਾ ਕਰਕੇ ਰੱਖਿਆ ਹੋਇਆ। ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ, ਸੀਸੀਟੀਵੀ ਨੂੰ ਖੰਗਾਲਿਆ ਗਿਆ ਤਾਂ ਪਤਾ ਲੱਗਾ ਕਿ ਕਿਵੇਂ ਬਾਬੇ ਦੇ ਸੱਸ ਅਤੇ ਸਾਲੇ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਸਿੱਧੀ ਲਿਆ ਕੇ ਗੱਡੀ ਠੋਕ ਦਿੱਤੀ ਪਰ ਬਾਬੇ ਦਾ ਬਚਾ ਰਿਹਾ ਉਸਨੇ ਉੱਪਰ ਨੂੰ ਉੱਛਲ ਕੇ ਛਾਲ ਮਾਰ ਕੇ ਆਪਣੀ ਜਾਨ ਨੂੰ ਬਚਾ ਲਿਆ। ਖੇੜੀ ਵਾਲੇ ਬਾਬੇ ਤੇ ਹੋਏ ਹਮਲੇ ਦੀ ਇਹ ਸੀਸੀਟੀਵੀ ਹੈ ਜਿਸ ਨੇ ਸਭ ਕੁਝ ਸਾਫ ਕਰ ਦਿੱਤਾ। ਕਿਸ ਤਰੀਕੇ ਦੇ ਨਾਲ ਖੇੜੀ ਵਾਲੇ ਬਾਬੇ ਦੇ ਵਿੱਚ ਲਿਆ ਕੇ ਕਾਰ ਮਾਰੀ ਗਈ ਔਰ ਉੱਤੇ ਨੂੰ ਉੱਛਲ ਕੇ ਖੇੜੀ ਵਾਲੇ ਬਾਬੇ ਨੇ ਆਪਣੀ ਜਾਨ ਬਚਾਈ ਹੈ। ਦਰਅਸਲ ਸਹੁਰਿਆਂ ਦੇ ਨਾਲ ਬਾਬਾ ਗੁਰਵਿੰਦਰ ਸਿੰਘ ਦਾ ਪੰਗਾ ਪੈ ਗਿਆ ਔਰ ਸਹੁਰਿਆਂ ਨੇ ਬਾਬਾ ਖੇੜੀ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਔਰ ਉਸ ਤੇ ਗੱਡੀ ਚਾੜ ਦਿੱਤੀ ਔਰ ਉਹਨਾਂ ਦਾ ਬਚਾ ਰਿਹਾ ਉਹਨਾਂ ਨੇ ਹਵਾ ਦੇ ਵਿੱਚ ਉੱਛਲ ਕੇ ਆਪਣੀ ਜਾਨ ਬਚਾ ਲਈ। ਜੇਕਰ ਸੀਸੀਟੀਵੀ ਨਾ ਹੁੰਦਾ ਤਾਂ ਸ਼ਾਇਦ ਕਿਸੇ ਨੇ ਯਕੀਨ ਨਹੀਂ ਕਰਨਾ ਸੀ। ਕਾਰ ਦੇ ਵਿੱਚ ਖੇੜੀ ਵਾਲੇ ਬਾਬਾ ਦੀ ਸੱਸ ਤੇ ਸਾਲਾ ਸੀ ਜਿਨ੍ਹਾਂ ਦੇ ਵੱਲੋਂ ਸਿੱਧੀ ਲਿਆ ਕੇ ਕਾਰ ਠੋਕੀ ਗਈ ਔਰ ਉਸਨੇ ਉੱਪਰ ਨੂੰ ਉੱਛਲ ਕੇ ਆਪਣੀ ਜਾਨ ਬਚਾਈ ਹੈ ਤਾਂ ਪੁਲਿਸ ਦੇ ਵੱਲੋਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਇਸ ਮਾਮਲੇ ਦੇ ਵਿੱਚ ਕ੍ਰੋਸ ਪਰਚਾ ਦਰਜ ਕੀਤਾ ਗਿਆ ਸੀ। ਤਾਂ ਖੇੜੀ ਵਾਲੇ ਬਾਬਿਆਂ ਦੇ ਬਿਆਨਾਂ ਤੋਂ ਬਾਅਦ ਰਮਨਜੋਤ ਸਿੰਘ ਵਾਸੀ ਫਤਿਹਗੜ੍ਹ ਸਾਹਿਬ, ਸਤਵੀਰ ਸਿੰਘ ਚਨਾਰਥਲ ਅਤੇ ਜਸਪਾਲ ਸਿੰਘ ਰਜਿੰਦਰਗੜ੍ਹ ਅਤੇ ਹੋਰ ਅਣਪਛਾਤਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਸਤਵੀਰ ਸਿੰਘ ਅਤੇ ਜਸਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਜਾਰੀ ਹੈ। ਤਾਂ ਖੇੜੀ ਵਾਲੇ ਬਾਬਾ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਉਸਦੀ ਸੱਸ ਦੇ ਵੱਲੋਂ ਘਰ ਨਹੀਂ ਵਸਣ ਦਿੱਤਾ ਜਾ ਰਿਹਾ, ਉਸਦੀ ਪਤਨੀ ਨੂੰ ਅਗਵਾ ਕਰਕੇ ਰੱਖਿਆ ਹੋਇਆ। ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ, ਸੀਸੀਟੀਵੀ ਨੂੰ ਖੰਗਾਲਿਆ ਗਿਆ ਤਾਂ ਪਤਾ ਲੱਗਾ ਕਿ ਕਿਵੇਂ ਬਾਬੇ ਦੇ ਸੱਸ ਅਤੇ ਸਾਲੇ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਸਿੱਧੀ ਲਿਆ ਕੇ ਗੱਡੀ ਠੋਕ ਦਿੱਤੀ ਪਰ ਬਾਬੇ ਦਾ ਬਚਾ ਰਿਹਾ ਉਸਨੇ ਉੱਪਰ ਨੂੰ ਉੱਛਲ ਕੇ ਛਾਲ ਮਾਰ ਕੇ ਆਪਣੀ ਜਾਨ ਨੂੰ ਬਚਾ ਲਿਆ।